ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅਜੂ ਦੇ ਜਿੰਨੇ ਵੀ ਆਪਣੇ ਪ੍ਰਧਾਨ ਲੱਗੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਉਹਨਾਂ ਵਿੱਚ ਆ ਜਿਹੜਾ ਬੋਰਡ ਲਾਇਆ ਉਹਨਾਂ ਨੇ ਬਣਾ ਕੇ, ਅਤੇ ਬਿਨਾਂ ਪੁੱਛੇ ਤੋਂ ਬਿਨਾਂ ਕਿਸੇ ਨਾਲ ਸਲਾਹ ਕੀਤੇ ਤੋਂ ਇਹ ਲਾਇਆ। ਮੈਂ ਦੁਆਰਾ ਨਹੀਂ ਕਹਿਣਾ ਚਾਹੁੰਦਾ ਇਹਨਾਂ ਲੋਕਾਂ ਨੂੰ, ਚਾਹੇ ਕੋਈ ਨਹੀਂ, ਇਹ ਆਪਣਾ ਸੇਵਾ ਦਾ ਕੰਮ ਆ ਸ਼ੁਰੂ ਤੋਂ। ਜਿੰਨੇ ਵੀ ਹੁਣ ਤੱਕ ਆਪਾਂ ਪ੍ਰਧਾਨ ਲਾਏ ਨੇ, ਜਿੰਨੇ ਵੀ ਵੀਰ ਆਪਣੇ ਪ੍ਰਧਾਨ ਲੱਗੇ ਨੇ, ਉਹਨਾਂ ਨੇ ਸੇਵਾ ਹੀ ਨਿਭਾਈ ਆਪਣੀ ਅਤੇ ਸੇਵਾ ਹੀ ਨਿਭਾਉਣੀ ਆ। ਇਹ ਨਹੀਂ ਹੈ ਜੇ ਵਿੱਚ ਸਾਡੇ ਕਿਸੇ ਨੇ ਰਹਿਣਾ ਤਾਂ ਸਾਡਾ ਬਣ ਕੇ ਰਹੇ, ਇਹ ਨਹੀਂ ਹੈ ਵੀ ਕੋਈ ਦੂਸਰਾ ਆਪਣਾ ਵਿੱਚ ਆਪਣਾ ਕੋਈ ਇੰਟਰਫੇਅਰ, ਨਾ ਅਸੀਂ ਕੀਤਾ ਨਾ ਅਸੀਂ ਕਰਾਉਣਾ ਕਿਸੇ ਨਾਲ ਆਪਣਾ। ਇਹ ਜੇ ਕਿਸੇ ਨੇ ਸਾਡੇ ਨਾਲ ਰਲ ਕੇ ਰਹਿਣਾ ਤਾਂ ਸਾਡਾ ਬਣ ਕੇ ਰਹੇ, ਇਹ ਸਾਨੂੰ ਦੁਆਰਾ ਨਾ ਕਹਿਣਾ ਪਵੇ। ਜਿਹੜਾ ਲਾਇਆ ਉਹਨੂੰ ਆਪਦੇ ਆਪ ਜ਼ਿਆਦਾ ਲਾ ਕੇ ਉਹਨੂੰ ਬਦਲ ਦੇਣ, ਠੀਕ ਹੈ ਨਾ। ਕੋਈ ਜਿਹੜੇ ਵਿੱਚ ਸਿਆਣੇ ਮਚਿਓਰ ਬੰਦੇ ਨੇ ਪੁਰਾਣੇ ਕਿਸੇ ਦੀ ਜੇ ਲਾਉਣਾ ਤਾਂ ਸਾਰਿਆਂ ਦੀਆਂ ਫੋਟੋਆਂ ਲਾਇਆ ਕਰੋ, ਜਿਹੜੇ ਜਿੱਥੇ ਜਿਨ੍ਹਾਂ ਦਾ ਹੱਕ ਬਣਦਾ, ਜਿਹੜੇ ਕੰਮ ਕਰਦੇ ਆਏ ਹੁਣ ਤੱਕ, ਜਿਨ੍ਹਾਂ ਦੀਆਂ ਲੱਗਦੀਆਂ ਆਈਆਂ ਨੇ, ਲੱਗਦੀਆਂ ਰਹਿਣਗੀਆਂ, ਉਹ ਸਦਾ ਹੀ ਲੱਗਦੀਆਂ ਰਹਿਣੀਆਂ ਨੇ ਜਿਨ੍ਹਾਂ ਨੇ ਸੇਵਾ ਨਿਭਾਈ ਆ। ਪਾਰਟੀ ਕਦੇ ਵੀ ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਅੱਜ ਤੱਕ ਨਾ ਨੀਵਾਂ ਦਿਖਾਇਆ ਨਾ ਦਿਖਾਉਣਾ। ਇਹ ਕੰਟਰੋਵਰਸੀ ਜਾਂ ਹੋਰ ਇੱਦਾਂ ਦੇ ਕੋਈ ਰੌਲੇ ਰੱਪੇ ਆ ਜਿਹੜੇ, ਇਹ ਨਹੀਂ। ਭਾਈਚਾਰਕ ਤੌਰ 'ਤੇ ਇਕੱਠੇ ਹੋ ਕੇ ਰਹਿਣਾ, ਪਿਆਰ ਨਾਲ ਰਹਿਣਾ, ਸਿਰਫ ਇਹੀ ਆਪਾਂ ਸਿਖਾਇਆ ਹੁਣ ਤੱਕ, ਸਿੱਖਿਆ ਵੀ ਆ ਸਿਖਾਇਆ ਵੀ ਆ। ਮੈਂ ਹੁਣ ਦੁਬਾਰਾ ਨਹੀਂ ਕਹਿਣਾ ਚਾਹੁੰਦਾ ਇਹਨਾਂ ਲੋਕਾਂ ਨੂੰ, ਉਹ ਜਿਹੜਾ ਬੋਰਡ ਇਹਨੇ ਲਾਇਆ ਉਹਨੂੰ ਬਦਲ ਕੇ ਜਿਹੜੇ ਰਹਿਣ, ਆਪਣੇ ਭਰਾ ਦੀ ਫੋਟੋ ਕਿਸੇ ਦੀ ਰਹਿ ਗਈ, ਮੈਂ ਨਾ ਅੱਜ ਤੱਕ ਕਿਸੇ ਨੂੰ ਕਿਹਾ ਵੀ ਮੇਰੀ ਫੋਟੋ ਲਾਓ, ਨਾ ਮੈਂ ਕਿਸੇ ਨੂੰ ਕਹਿਣਾ, ਠੀਕ ਹੈ ਨਾ। ਸਾਨੂੰ ਕੋਈ ਜ਼ਰੂਰਤ ਨਹੀਂ, ਸਾਡੀ ਤਾਂ ਦਿਲਾਂ 'ਚ ਜਗ੍ਹਾ ਬਣੀ ਹੋਈ ਆ, ਉਹ ਬਣੀ ਰਹਿਣੀ ਆ। ਰਹਿੰਦੇ ਕੰਮ ਜਿਹੜੇ ਨੇ ਉਹ ਜ਼ਰੂਰ ਪੂਰੇ ਕਰਾਂਗੇ, ਸਮਾਂ ਲੱਗ ਜਾਂਦਾ ਹਰੇਕ ਕੰਮ ਨੂੰ, ਕੋਈ ਗੱਲ ਨਹੀਂ, ਦੁੱਖ ਸੁੱਖ ਬਣਿਆ ਹੋਇਆ ਪਛਾਣ ਆਉਂਦੀ ਰਹਿੰਦੀ ਆ। ਦੁਬਾਰਾ ਮੈਂ ਕਹਿਣਾ ਨਹੀਂ, ਮੈਂ ਤੁਹਾਨੂੰ ਦੱਸਦੀ, ਇਹ ਦੁਬਾਰਾ ਨਹੀਂ ਕਹਿਣ ਦੀ ਲੋੜ ਪਵੇ ਵੀ ਜੇ ਸਾਡੇ 'ਚ ਰਹਿਣਾ ਸਾਡੇ ਬਣ ਕੇ ਰਹੋ, ਬਸ ਇੰਨੇ ਹੀ ਉਹ ਮੇਰਾ ਕਹਿਣਾ ਸਾਰਿਆਂ ਨੂੰ। ਜੇ ਕੋਈ ਹੋਰ ਕੋਈ ਵੀ ਤੋਂ ਕਿਸੇ ਨੂੰ ਲੱਗਿਆ ਮੇਰੀ ਕੋਈ ਗਲਤ, ਮੈਨੂੰ ਉਹਦਾ ਪੁਆਇੰਟ ਕਰਕੇ ਦੱਸ ਦਿਓ ਭਾਈ। ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਜੇ ਸਾਡੇ ਵਿੱਚ ਰਹਿਣਾ ਤਾਂ ਜੀ ਜੀ ਹਜੂ ਵਿੱਚ ਹੀ ਰਹਿਣਾ ਪੈਣਾ। ਇਹ ਨਹੀਂ ਹੈ ਵੀ ਜੇ ਤੁਸੀਂ ਕੋਈ ਹੋਰ ਜਿਹੜਾ ਵਿੱਚ ਕੋਈ ਯਾਰ ਮੁਹੱਲੇ ਫਲਾਣੇ ਧਮਕੇ, ਉਹ ਯਾਰ ਸਾਡਾ ਆਪਣਾ ਨਹੀਂ ਹੈਗਾ, ਕੋਈ ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ, ਨਾ ਅਸੀਂ ਕਿਸੇ ਨੂੰ ਜਾਣਦੇ ਹਾਂ, ਠੀਕ ਹੈ ਨਾ। ਜੇ ਸਾਡੇ ਨਾਲ ਕਿਸੇ ਨੇ ਕੋਈ ਜੇ ਕਿਸੇ ਨੂੰ ਲੱਗੀ ਤਕਲੀਫ ਤਾਂ ਸਾਡੇ ਨਾਲ ਬੈਠ ਕੇ ਮੀਟਿੰਗ ਕਰ ਲਿਓ, ਕੋਈ ਗੱਲ ਨਹੀਂ, ਠੀਕ ਹੈ। ਸੁਣ ਕੇ ਸਾਡੇ ਨਾਲ ਬੈਠ ਕੇ ਮੀਟਿੰਗ ਕਰ ਲਿਓ ਵੀ ਕੀ ਗੱਲ ਆ, ਵੀ ਕਿੱਦਾਂ ਤੁਸੀਂ ਇਹ ਕਿਵੇਂ ਲਾਇਆ, ਕਿਹਨੂੰ ਪੁੱਛ ਕੇ ਲਾਇਆ, ਠੀਕ ਹੈ ਨਾ। ਕੌਣ ਲਾਉਣ ਵਾਲੇ ਨੇ, ਕੌਣ ਕਿਹਨੇ ਇਹ ਵਿੱਚ ਸਾਡੇ ਜੁਆਇਨ ਕੀਤਾ, ਠੀਕ ਹੈ ਨਾ। ਦੁਬਾਰਾ ਮੈਨੂੰ ਕਹਿਣ ਦੀ ਲੋੜ ਨਾ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।